ਇਹ ਖਬਰ ਬੜੇ ਦੁੱਖ ਨਾਲ ਸੁਣੀ ਜਾਵੇਗੀ ਕਿ ਸਿੱਖੀ ਵਿੱਚ ਵੜਾਈਆਂ ਬ੍ਰਾਹਮਣੀ ਰੀਤਾਂ ਨੂੰ ਇੱਕ ਇੱਕ ਕਰਕੇ ਵਿਗਿਆਨਿਕ ਢੰਗ ਨਾਲ ਗੁਰਬਾਣੀ ਦੇ ਪੰਜ ਪੰਜ ਸ਼ਬਦਾਂ ਦੀ ਕਸੌਟੀ ਉੱਤੇ ਪਰਖ ਕੇ ਚੁਣੌਤੀ ਦੇਣ ਵਾਲਾ 21ਵੀਂ ਸਦੀ ਦਾ ਮਹਾਨ ਸਿੱਖ ਵਿਦਵਾਨ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 98 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਿਆ। ਬਿਪਰਨ ਦੀ ਰੀਤ ਚੋਂ ਸੱਚ ਦਾ ਮਾਰਗ ਨਾਂ ਹੇਠ ਛਪੀਆਂ ਉਹਨਾਂ ਦੀਆਂ 10 ਕਿਤਾਬਾਂ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਆਜ਼ਾਦ ਕਰਵਾਉਣ ਵਾਲੀਆਂ ਯਾਦਗਾਰੀ ਤੇ ਇਤਿਹਾਸਿਕ ਰਚਨਾਵਾਂ ਹਨ, ਪਰ 2 ਪੁਸਤਕਾਂ ਜੋ ਉਹਨਾਂ ਨੇ ਲਿਖ ਦਿੱਤੀਆਂ ਸਨ ਪਰ ਬਿਮਾਰੀ ਕਾਰਨ ਛਪਵਾ ਨਾ ਸਕੇ। ਉਹ ਪਹਿਲੀਆਂ ਛਪ ਚੁੱਕੀਆਂ 10 ਪੁਸਤਕਾਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਜਾਣਕਾਰੀ ਆਪਣੇ ਅੰਦਰ ਸਮੋਈ ਬੈਠੀਆਂ ਹਨ। ਯਾਦ ਰਹੇ, ਜਦ ਕਾਲਾ ਅਫਗਾਨਾਂ ਦੇ ਲੇਖ ਕੋਈ ਅਖ਼ਬਾਰ ਨਹੀਂ ਸੀ ਛਾਪਦਾ ਤਾਂ ਸਪੋਕਸਮੈਨ ਨੇ ਉਹਨਾਂ ਦਾ ਹਰ ਇੱਕ ਲੇਖ ਲਿਸ਼ਕਾ ਚਮਕਾ ਕੇ ਛਾਪਿਆ ਅਤੇ ਅਖੀਰ ਜਦ ਵੇਦਾਂਤੀ ਨੇ ਗੁਰਬਿਲਾਸ ਪਾਤਸ਼ਾਹੀ 6 ਦੇ ਬਖੀਏ ਉਧੇੜ ਦੀ ਆਪਣੀ ਪੁਸਤਕ ਛਾਪ ਦਿੱਤੀ ਤਾਂ ਵੇਦਾਂਤੀ ਨੇ ਉਹਨਾਂ ਨੂੰ ਪੰਥ ਵਿੱਚੋਂ ਹੀ ਛੇਕ ਦਿੱਤਾ। ਜਵਾਬ ਵਿੱਚ ਸਪੋਕਸਮੈਨ ਦੇ ਸਰਦਾਰ ਜੋਗਿੰਦਰ ਸਿੰਘ ਨੇ 4 ਹੋਰ ਵਿਦਵਾਨਾਂ ਨੂੰ ਨਾਲ ਲੈ ਕੇ ਅਕਤੂਬਰ 2003 ਵਿੱਚ ਮੋਹਾਲੀ ਵਿੱਚ ਵਰਲਡ ਸਿੱਖ ਕਨਵੈਨਸ਼ਨ ਕੀਤੀ, ਜਿਸ ਵਿੱਚ ਕਾਲਾ ਅਫਗਾਨਾ ਵਿਰੁੱਧ ਜਾਰੀ ਹੁਕਮਨਾਮਾ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਇਸ ਕਾਨਫਰੰਸ ਵਿੱਚ ਮੁੱਖ ਰੋਲ ਕਿਉਂਕਿ ਸਰਦਾਰ ਜੋਗਿੰਦਰ ਸਿੰਘ ਨੇ ਨਿਭਾਇਆ, ਇਸ ਲਈ ਗੁੱਸੇ ਵਿੱਚ ਆ ਕੇ ਜਥੇਦਾਰ ਵੇਦਾਂਤੀ ਨੇ ਸਰਦਾਰ ਜੋਗਿੰਦਰ ਸਿੰਘ ਨੂੰ ਵੀ ਛੇਕ ਦਿੱਤਾ। ਪਰ ਸਪੋਕਸਮੈਨ ਦੇ ਪਾਠਕਾਂ ਅਤੇ ਦੇਸ਼ ਵਿਦੇਸ਼ ਦੇ ਕਰੋੜਾਂ ਸਿੱਖਾਂ ਨੇ ਇਸ ਨੂੰ ਵੀ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਪੋਕਸਮੈਨ ਦੇ ਹੱਕ ਵਿੱਚ ਖੜੇ ਰਹੇ। ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਹਮੇਸ਼ਾ ਇਸ ਗੱਲ ਲਈ ਸਪੋਕਸਮੈਨ ਅਤੇ ਸਰਦਾਰ ਜੋਗਿੰਦਰ ਸਿੰਘ ਪ੍ਰਤੀ ਸ਼ੁਕਰਗੁਜ਼ਾਰ ਰਹੇ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਦ ਤੱਕ ਸਰਦਾਰ ਜੋਗਿੰਦਰ ਸਿੰਘ ਪੁਜਾਰੀਆਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ, ਮੈਂ ਵੀ ਜਥੇਦਾਰਾਂ ਅੱਗੇ ਪੇਸ਼ ਨਹੀਂ ਹੋਵਾਂਗਾ। ਸਰਦਾਰ ਜੋਗਿੰਦਰ ਸਿੰਘ ਜਦ ਅਮਰੀਕਾ ਯਾਤਰਾ 'ਤੇ ਗਏ ਤਾਂ ਸਰਦਾਰ ਕਾਲਾ ਅਫਗਾਨਾ ਉਚੇਚੇ ਤੌਰ 'ਤੇ ਕੈਨੇਡਾ ਤੋਂ ਉਹਨਾਂ ਨੂੰ ਮਿਲਣ ਲਈ ਅਮਰੀਕਾ ਪਹੁੰਚ ਗਏ ਅਤੇ ਲੰਮੀ ਵਾਰਤਾਲਾਪ ਕੀਤੀ। ਦੋਹਾਂ ਵਿਚਕਾਰ ਮਤਭੇਦ ਪੈਦਾ ਕਰਨ ਦੇ ਵੀ ਬੜੇ ਯਤਨ ਹੋਏ, ਪਰ ਸਰਦਾਰ ਕਾਲਾ ਅਫਗਾਨਾ ਅਤੇ ਸਰਦਾਰ ਜੋਗਿੰਦਰ ਸਿੰਘ ਦੇ ਨਿੱਜੀ ਸੰਬੰਧ ਅਖੀਰ ਤੱਕ ਇੱਕ ਦੂਜੇ ਦੇ ਕੰਮਾਂ ਪ੍ਰਤੀ ਸਤਿਕਾਰ ਵਾਲੇ ਹੀ ਬਣੇ ਰਹੇ। ਡਾਕਟਰ ਦੀਦਾਰ ਸਿੰਘ ਸ਼ਬਦ ਗੁਰੂ ਵਿਚਾਰ ਮੰਚ ਸਰਹੰਦ ਨੇ ਸਰਦਾਰ ਗੁਰਬਖਸ਼ ਸਿੰਘ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਪੋਕਸਮੈਨ ਨੂੰ ਦੱਸਿਆ ਕਿ 98 ਸਾਲਾ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦਾ ਦੇਹਾਂਤ ਅੱਜ ਤੜਕੇ 6 ਵਜੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਇਆ। ਗੁਰਬਖਸ਼ ਸਿੰਘ ਕਾਲਾ ਅਫਗਾਨਾ 1922 ਵਿੱਚ ਮੁਲਤਾਨ ਸ਼ਹਿਰ ਵਿੱਚ ਪੈਦਾ ਹੋਏ ਸਨ। ਉਹਨਾਂ ਨੇ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਮੀਆਂ ਚੰਨੂ ਵਿੱਚ ਪ੍ਰਾਪਤ ਕੀਤੀ ਅਤੇ ਮਿੰਟ ਗੁਮਰੀ ਦੇ ਸਰਕਾਰੀ ਕਾਲਜ ਤੋਂ ਉੱਚ ਵਿੱਦਿਆ ਹਾਸਲ ਕੀਤੀ। ਉਹਨਾਂ ਦੀ ਪੁਸਤਕ ਲੜੀ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਨੇ ਸਿੱਖ ਜਗਤ ਵਿੱਚ ਨਵੀਂ ਜਾਗ੍ਰਿਤੀ ਲਿਆਂਦੀ, ਪਰ ਇਸੇ ਕਾਰਨ ਕਰਕੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਅਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨਾਲ ਜੁੜ ਕੇ ਖੜੇ ਵੀ ਹੋਏ। ਸਰਦਾਰ ਕਾਲਾ ਅਫਗਾਨਾ ਨੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਗਲਤ ਸਿੱਖ ਮਰਿਆਦਾਵਾਂ 'ਤੇ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ। ਬਹੁਤ ਸਾਰੇ ਸਿੱਖ ਲੇਖਕਾਂ ਜਿਵੇਂ ਭਾਈ ਵੀਰ ਸਿੰਘ ਅਤੇ ਸਿੱਖ ਵਿਚਾਰਵਾਨਾਂ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਗੁਰਬਚਨ ਸਿੰਘ ਦਮਦਮੀ ਟਕਸਾਲ ਦੇ ਮੁਖੀ ਆਦਿ ਵਿਰੁੱਧ ਵੀ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ। 1947 ਵਿੱਚ ਦੇਸ਼ ਦੀ ਵੰਡ ਸਮੇਂ ਉਹ ਮੁਲਤਾਨ ਤੋਂ ਗੁਰਦਾਸਪੁਰ ਆ ਗਏ ਅਤੇ ਉਹਨਾਂ ਦੀ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਪੁਲਿਸ ਵਿੱਚ ਭਰਤੀ ਹੋ ਗਏ। 1981 ਵਿੱਚ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਨੇ ਲਗਾਤਾਰ ਸਿੱਖ ਜਗਤ ਦੀਆਂ ਰੋ ਰੀਤਾਂ ਅਤੇ ਸਿੱਖਾਂ ਬਾਰੇ ਲਿਖਣਾ ਸ਼ੁਰੂ ਕੀਤਾ। ਉਹਨਾਂ ਦੀਆਂ ਕਿਤਾਬਾਂ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਝਟਕਾ ਪ੍ਰਕਾਸ਼, ਗੁਰਬਾਣੀ ਦੀ ਕਸਵੱਟੀ ਅਤੇ ਗੁਰਬਿਲਾਸ ਪਾਤਸ਼ਾਹੀ 6 ਬਹੁਤ ਜ਼ਿਆਦਾ ਚਰਚਿਤ ਰਹੀਆਂ।